ਉਹ ਜੀ ਕਹਿੰਦੇ ਕੁਲਦੀਪ ਮਾਣਕ ਸਾਹਿਬ ਉਹਨਾਂ ਦਾ ਗਾਣਾ ਆਇਆ ਸੀ ਕਿ ਕੌੜ ਤੂੰਬੇ ਟਿੱਬਿਆਂ 'ਚ ਲੱਖ ਮਿਲਦੇ। ਸੋ ਅੱਜ ਮੈਂ ਦਿਖਾਉਣਾ ਤੁਹਾਨੂੰ ਕੌੜ ਤੂੰਬੇ, ਹੈ ਨਾ। ਅਤੇ ਆਹ ਦੇਖੋ ਜੀ, ਆਹ ਕੌੜ ਤੂੰਬਿਆਂ ਦੀਆਂ ਵੇਲਾਂ ਨੇ, ਇਹ ਤੁਹਾਨੂੰ ਮਿੱਤਰੋ ਮਾਲਵੇ ਦੀ ਧਰਤੀ 'ਤੇ ਮਿਲਣਗੇ। ਕਹਿੰਦੇ ਜਾਣਾ ਪੈਣਾ ਫੇਰ ਸਾਨੂੰ ਮਾਲਵੇ ਦੇ ਵੱਲ, ਕਿਉਂਕਿ ਦੁਆਬੇ ਵਿੱਚ ਫੁੱਲ ਨਹੀਂ ਕਪਾਹੀ ਦੇ। ਸੋ ਮਿੱਤਰੋ, ਜਿਹੜੀਆਂ ਚੀਜ਼ਾਂ ਮਾਲਵੇ ਦੇ ਵਿੱਚ ਨੇ ਉਹ ਦੁਆਬੇ ਦੇ ਵਿੱਚ ਨਹੀਂ, ਉਹ ਪੋਠੋਹਾਰ ਮੁਲਤਾਨ ਦੇ ਵਿੱਚ ਨਹੀਂ। ਮੈਂ ਮਾਲਵੇ ਦੀ ਧਰਤੀ ਦਾ ਜੰਮਪਲ ਹਾਂ ਅਤੇ ਮਾਲਵੇ ਦੇ ਅੱਜ ਤੁਹਾਨੂੰ ਰੰਗਾਂ ਦੇ ਵਿੱਚੋਂ ਇੱਕ ਉਹ ਚੀਜ਼ ਦਿਖਾਉਣਾ ਜਿਹਨੂੰ ਕੌੜ ਤੂੰਬਾ ਕਹਿੰਦੇ ਨੇ, ਜਿਹਦਾ ਅਤੇ ਕੌੜ ਤੂੰਬਾ ਵੀ ਕਹਿੰਦੇ ਨੇ ਅਤੇ ਸਾਡੇ ਕਹਿੰਦੀ ਮਾਲਵੇ 'ਚ ਕੌੜ ਤੂੰਬਾ ਵੀ ਕਹਿ ਦਿੰਦੇ ਨੇ ਇਹਨੂੰ। ਸੋ ਲਓ ਮਿੱਤਰੋ ਪਿਆਰਿਓ, ਮੈਂ ਦਿਖਾਉਣਾ, ਆਹ ਤਾਂ ਛੋਟਾ ਜਿਹਾ, ਇਹਦੇ ਤੋਂ ਫੱਕੀ ਬਣਦੀ ਹੈ ਢਿੱਡ ਦੁਖਦੇ ਦੀ, ਅਤੇ ਹੋਰ ਵੀ ਅਨੇਕਾਂ ਉਹ ਫੱਕੀ ਕੰਮ ਕਰਦੀ ਹੈਗੀ। ਲਓ ਆ ਜਾਓ, ਤੁਹਾਨੂੰ ਮੈਂ ਦਿਖਾਵਾਂ ਮਿੱਤਰੋ, ਇੱਦਾਂ ਦਾ ਹੁੰਦਾ ਜੀ ਇਹਨੂੰ ਕੌੜ ਤੂੰਬਾ ਕਹਿੰਦੇ ਨੇਗੇ। ਆਹ ਦੇਖੋ ਇਹਦੀਆਂ ਵੇਲਾਂ, ਬਸ ਇਹ ਕਮਾਲ ਦੀ ਚੀਜ਼ ਹੁੰਦੀ ਹੈ ਅਤੇ ਬਹੁਤ ਦਵਾਈਆਂ ਦੇ ਵਿੱਚ ਕੰਮ ਆਉਂਦਾ ਜੀ ਇਹ, ਖਾਸ ਕਰਕੇ ਜਿਹੜੇ ਪੇਟ ਦੇ ਰੋਗ ਹੁੰਦੇ ਨੇ ਉਹਨਾਂ ਦੇ ਲਈ ਬਹੁਤ ਗੁਣਾਕਾਰੀ ਹੁੰਦਾ ਮਿੱਤਰੋ। ਜਿੱਥੇ ਕਿਤੇ ਮਿਲਦਾ ਹੁੰਦਾ ਇਹਨੂੰ ਸਾਂਭ ਲਿਆ ਕਰੋ, ਚੱਕ ਲਿਆ ਕਰੋ, ਸੁਕਾ ਲਿਆ ਕਰੋ, ਉਦੋਂ ਬਾਅਦ ਇਹਨੂੰ ਤੌੜੇ ਦੇ ਵਿੱਚ ਪਾ ਕੇ, ਸੋ ਇਹਨੂੰ ਸੁਕਾ ਕੇ ਬਹੁਤ ਫਿਰ ਲਾਜਵਾਬ ਦਵਾਈ ਬਣਦੀ ਹੈ ਮਿੱਤਰੋ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਫਿਰ।